ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ। ਅਤੇ ਆਪਾਂ ਅੱਜ 3 ਵਜੇ ਉੱਠ ਗਏ ਸੀਗੇ ਅਤੇ ਨਹਾ ਧੋ ਕੇ, ਅਤੇ ਆਪਾਂ ਜਾਣਾ ਸੀਗਾ ਰਾਜਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਨਾਭ ਕਮਲ ਰਾਜਾ ਸਾਹਿਬ ਪਿੰਡ ਮਜਾਰਾ ਰਾਜਾ ਸਾਹਿਬ। ਅਤੇ ਆਪਾਂ ਮੋਟਰਸਾਈਕਲ ਚੱਕਿਆ 3 ਵਜੇ ਅਤੇ ਆਪਾਂ ਪਿੰਡੋਂ ਨਿਕਲ ਗਏ, ਅਤੇ ਰਾਹ ਦੇ ਵਿੱਚ ਪਿੰਡ ਵਾਲੀ ਟਰੈਲੀ ਜਾ ਰਹੀ ਸੀ, ਮੁੰਡੇ ਪੂਰੇ ਖੁਸ਼ ਹੋ ਗਏ, ਕਹਿੰਦੇ ਵਲੌਗ 'ਚ ਆਵਾਂਗੇ ਅੱਜ। ਮੈਂ ਕਿਹਾ ਪੂਰਾ ਵਲੌਗ ਅੱਜ ਬਣੂਗਾ ਤੁਹਾਡਾ ਵੀ, ਅਤੇ ਲਗਾਤਾਰ 5 ਦਿਨ ਪ੍ਰਭਾਤ ਫੇਰੀਆਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਊਗੀ। ਅਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ, ਜਿੰਨੇ ਵੀ ਤੁਸੀਂ ਸਾਡਾ ਬਲੌਗ ਦੇਖਦੇ ਹੋ ਜ਼ਰੂਰ ਹਾਜ਼ਰੀ ਭਰੋ। ਧੰਨ ਨਾਭ ਕਮਲ ਰਾਜਾ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਗੁਣਾ ਬੰਗਿਆ ਤੋਂ ਗੁਣਾਚੌਰ, ਗੁਣਾਚੌਰ ਤੋਂ ਜਿਹੜਾ ਰਾਜਾ ਨਾਭ ਕਮਲ ਸਾਹਿਬ ਜੀ ਦਾ ਅਸਥਾਨ, ਉੱਧਰ 'ਚ ਵੀ ਜਾ ਸਕਦੇ ਹਾਂ, ਬਾਇਆ ਭਰੋ ਮਜ਼ਾਰਾ ਹੋ ਕੇ ਵੀ ਜਾ ਸਕਦੇ ਹਾਂ। ਸਾਰੀ ਸੰਗਤ ਜ਼ਰੂਰ 3:30 ਤੋਂ 3-3:30 ਵਜੇ ਜ਼ਰੂਰ ਜਿਹੜਾ ਉਹ ਉੱਥੇ ਪਹੁੰਚਿਆ ਕਰੋ, ਤਾਂ ਜੋ ਟਾਈਮ ਨਾਲ ਜਿਹੜੀ ਪ੍ਰਭਾਤ ਫੇਰੀ ਦੇ ਵਿੱਚ ਤੁਸੀਂ ਸੰਗਤਾਂ ਦਾ ਕੀਰਤਨ ਸੁਣ ਕੇ ਆਨੰਦ ਮਾਣ ਸਕੋ ਅਤੇ ਸੇਵਾ ਵੀ ਕਰ ਸਕੋ। ਅਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸੇਵਾਦਾਰਾਂ ਦਾ ਜ਼ਰੂਰ ਸਾਥ ਦਿਆ ਕਰੋ, ਕਿਉਂਕਿ ਸੇਵਾਦਾਰ ਹੀ ਸਾਰਾ ਜਿਹੜਾ ਪ੍ਰਬੰਧ ਆ ਉਹ ਤੁਹਾਡਾ ਕਰਦੇ ਆ। ਉੱਥੇ ਬੈਠਣ ਦਾ, ਸੰਗਤ ਦੇ ਆਉਣ ਜਾਣ ਲਈ ਪਕੌੜੇ, ਚਾਹ ਪਾਣੀ, ਸਾਰਾ ਖਿਆਲ ਰੱਖਿਆ ਕਰੋ। ਇਸੇ ਤਰ੍ਹਾਂ ਜਿਹੜੀ ਬਰਸੀ ਆ ਉਹ 1/31/2 ਜਿਹੜੀ ਬਰਸੀ ਬੜੀ ਧੂਮਧਾਮ ਨਾਲ ਧੰਨ ਨਾਭ ਕਮਲ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਦੇ ਵਿੱਚ ਜਿਹੜੀ ਉੱਥੇ ਮਨਾਈ ਜਾ ਰਹੀ ਹੈ, 31 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਉਹ ਪਿੰਡ ਦੀ ਪਰਿਕਰਮਾ ਕਰਕੇ ਅਤੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸਮਾਪਤੀ। ਅਤੇ 1, 2 ਅਤੇ 3 ਤਰੀਕ ਨੂੰ, 1 ਅਤੇ 2 ਤਰੀਕ ਨੂੰ, 1 ਤਰੀਕ ਨੂੰ ਬਲਰਾਜ ਵਿਲਗਾ ਜੀ ਅਤੇ ਰਾਤ ਨੂੰ ਬਾਬਾ ਗੁਲਾਬ ਸਿੰਘ ਜੀ, ਅਤੇ 2 ਤਰੀਕ ਨੂੰ ਢਾਡੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਅਤੇ ਢਾਡੀ ਤਰਸੇਮ ਸਿੰਘ ਜੀ ਮੋਰਾਵਾਲੀ, ਅਤੇ ਪੰਜਾਬ ਦੀ ਮਸ਼ਹੂਰ ਆਵਾਜ਼ ਰਵਿੰਦਰ ਗਰੇਵਾਲ ਤੁਹਾਨੂੰ ਆਪਣੇ ਬੋਲਣਗੇ। ਅਤੇ ਲਓ ਜੀ ਪ੍ਰਭਾਤ ਫੇਰੀ ਆ ਚੁੱਕੀ ਹੈ। ਸਦੀਆਂ
ਦਰਬਾਰਾ ਸ੍ਰੀ ਨਾਨਕਪੁਰ ਵਾਲਾ ਸਾਹਿਬ ਜੀ ਦਾ ਰਾਜਾ ਸਾਹਿਬ ਮਜਾਰੇ ਆਏ, 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 ਅੰਗਿਆ ਗੋਲੀਆਂ ਦਾ ਸਿਰ ਪਾਏ, 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 ਮੋਰ ਪਪੀਏ ਖੁਸ਼ੀ ਮੰਨੂਦੇ, 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 ਦੂਰੋਂ ਦੂਰੋਂ ਸੇਵਕ ਆਉਂਦੇ, ਦੂਰੋਂ ਦੂਰੋਂ ਸੇਵਕ ਆਉਂਦੇ, ਦੂਰੋਂ ਸੇਵਕ ਆਉਂਦੇ, ਦੂਰੋਂ ਦੂਰੋਂ ਸੇਵਕ, ਦੂਰੋਂ ਦੂਰੋਂ ਸੇਵਕ ਆਉਂਦੇ, ਦੂਰੋਂ ਦੂਰੋਂ ਸੇਵਕ ਆਉਂਦੇ। ਸ਼ਬਦ ਚੌਂਕੀ ਦੀ ਸਮਾਪਤੀ ਤੋਂ ਬਾਅਦ ਸੰਗਤ ਨੇ ਨਾਭ ਕਮਲ ਰਾਜਾ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਲਈ ਚਾਲੇ ਪਾਉਣੇ ਸੀਗੇ। ਸੰਗਤਾਂ ਦਾ ਬਹੁਤ ਜ਼ਿਆਦਾ ਸਤਿਕਾਰ ਧੰਨ ਬਾਬਾ ਨਾਭ ਕਮਲ ਰਾਜਾ ਸਾਹਿਬ ਜੀ ਦੇ ਪ੍ਰਤੀ ਅਤੇ ਸ਼ਰਧਾ, ਬਹੁਤ ਸੰਗਤ ਜਿਹੜੀ ਆ ਉਹ ਸਵੇਰ ਨੂੰ ਪ੍ਰਭਾਤ ਫੇਰੀ ਦੇ ਵਿੱਚ ਹਾਜ਼ਰ ਹੁੰਦੀ ਆ। ਸਾਰੀ ਸੰਗਤ ਦਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਵੱਲੋਂ ਵੀ ਅਰਦਾਸ ਬੇਨਤੀ ਮਹਾਰਾਜ ਦੇ ਅੱਗੇ, ਜੋ ਵੀ ਤੁਸੀਂ ਆਪਣੀ ਇੱਛਾ ਮਨ ਦੇ ਵਿੱਚ ਲੈ ਕੇ ਸੇਵਾ ਕਰਦੇ ਹੋ ਜਾਂ ਪ੍ਰਭਾਤ ਫੇਰੀ ਦੇ ਵਿੱਚ ਆਉਂਦੇ ਹੋ, ਅਤੇ ਮਹਾਰਾਜ ਤੁਹਾਡੀ ਉਹ ਇੱਛਾ ਜ਼ਰੂਰ ਪੂਰੀ ਕਰੇ। ਮਹਾਰਾਜ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਅਤੇ ਉਸ ਤੋਂ ਬਾਅਦ ਆਪਾਂ ਅਰਦਾਸ ਬੇਨਤੀ ਹੋਣ ਤੋਂ ਬਾਅਦ ਆਪਾਂ ਛਕਿਆ ਲੰਗਰ, ਸਵੇਰੇ ਇੱਕ ਚਾਹ ਦੇ ਨਾਲ ਪ੍ਰਸ਼ਾਦਾ ਛਕਣ ਤੋਂ ਉਪਰੰਤ ਆਪਾਂ ਮੁੜ ਕੇ ਵਾਪਸ ਘਰ ਵਾਪਸੀ ਕਰਨੀ ਹੁੰਦੀ ਹੈ। ਸੋਮਵਾਰ ਦਾ ਦਿਨ ਸੀ, ਕੰਮ 'ਤੇ ਵੀ ਜਾਣਾ ਸੀਗਾ ਅਤੇ ਮੈਂ ਘਰ ਆਪਾਂ ਪਹੁੰਚ ਗਏ ਟਾਈਮ ਦੇ ਨਾਲ। ਪਿੰਡ ਨੂੰ ਜਾਂਦੇ ਜਾਂਦੇ ਆਪਾਂ ਬਣਾਈ ਵੀਡੀਓ, ਘਰ ਵਾਲੀ ਕਹਿੰਦੀ ਅਤੇ ਆਪਾਂ ਆਲੂ ਲੈਣੇ ਸੀ। ਮੈਂ ਕਿਹਾ ਚਲੋ ਕੋਈ ਨਹੀਂ, ਆਲੂ ਹੁਣ ਆਪਾਂ ਕੱਲ੍ਹ ਨੂੰ ਲੈ ਲਵਾਂਗੇ, ਆਪਾਂ ਚੱਲੀਏ ਅਤੇ ਦਵਾ ਸੱਟ ਆਪਾਂ ਜਾ ਕੇ ਫਿਰ ਘਰ ਜਾ ਕੇ ਤਿਆਰ ਵੀ ਹੋਣਾ। ਅਤੇ ਆਪਾਂ ਤਿਆਰ ਹੋ ਕੇ ਨਹਾ ਧੋ ਕੇ ਤਿਆਰ ਹੋ ਕੇ ਕੰਮ ਕੁੰਮ ਨਿਬੇੜ ਦਿੱਤਾ ਦਾ ਫੱਟ, ਉਸ ਵੇਲੇ ਟਾਈਮ ਨਹੀਂ ਸੀ ਵੀਡੀਓ ਬਣਾਉਣ ਦਾ। ਅਤੇ ਫਿਰ ਆਪਾਂ ਪੱਗ ਬੰਨ੍ਹ ਕੇ ਅਤੇ ਆਪਾਂ ਤੁਰ ਪਏ ਜੀ ਬੰਗਿਆਂ ਨੂੰ ਕੰਮ ਦੇ ਉੱਤੇ। ਅਤੇ ਮੈਡਮ ਕਹਿੰਦੀ ਅੱਜ ਠੀਕ ਵਾ ਹੈ ਨਾ ਮਾਹੌਲ, ਵਧੀਆ ਮੌਸਮ, ਮੀਂਹ ਪੈਣ ਕਰਕੇ ਥੋੜ੍ਹਾ ਜਿਹਾ ਰਾਹਤ ਮਿਲੀ ਹੋ ਸੀਗੀ। ਅਤੇ ਫਿਰ ਆਪਾਂ ਜਾਣਾ ਸੀਗਾ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਨਤਮਸਤਕ ਹੋਣ। ਗੁਰਦੁਆਰਾ ਚੰਨ ਕਮਲ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਾਂ, ਤੁਹਾਨੂੰ ਪਤਾ ਆਪਣਾ ਕੰਮ ਹੈਗਾ ਪ੍ਰੀ ਟਰੈਵਲ 'ਤੇ, ਆਪਣਾ ਦਫ਼ਤਰ ਆ ਜਿੱਥੇ ਉੱਥੇ ਆਪਾਂ ਬਣਾਈਆਂ ਜੀ ਬਣਾਉਂਦੇ ਹਾਂ ਟਿਕਟਾਂ। ਬਾਹਰ ਨੂੰ ਕਿਸੇ ਨੇ ਜਾਣਾ ਹੋਵੇ, ਵੀਰ ਨੇ ਬਾਹਰ ਲਈ ਟਿਕਟ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ, ਕਨੇਡਾ ਅਮੈਰੀਕਾ ਜਿੱਥੇ ਦੀ ਮਰਜ਼ੀ ਟਿਕਟ ਹੋਵੇ। ਅਤੇ ਫਿਰ ਆਪਾਂ ਚੱਲ ਗਏ ਬਾਜ਼ਾਰ ਨੂੰ। ਬਾਈ ਕਹਿੰਦਾ ਚੱਲ ਪਹਿਲਾਂ ਜੂਸ ਪੀ ਜਾਂਦੇ, ਮੈਂ ਕਿਹਾ ਚਲੋ ਜੀ। ਵੇਦੀ ਜੂਸ ਬਾਰ, ਘੈਂਟ ਭਰਾ, ਘੈਂਟ ਦੁਕਾਨ ਅਤੇ ਘੈਂਟ ਕੰਮ ਬਾਈ ਦਾ, ਵਧੀਆ ਜੂਸ। ਅਤੇ ਆਪਣਾ ਵੀਰ ਆ ਗਿਆ ਪੁਲਸੀਆ, ਅਤੇ ਮੈਂ ਕਿਹਾ ਤੈਨੂੰ ਜੂਸ ਪਿਲਾਉਣੇ ਆ ਜਾ। ਅਤੇ ਆਪਾਂ ਜਦੋਂ ਗਏ ਚਰਾਟ ਉੱਤੇ, ਸਾਡਾ ਸਵਾਗਤ ਹੋਇਆ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਅਤੇ ਮੈਡਮ ਨੂੰ ਹੋ ਗਈ ਛੁੱਟੀ, ਅਤੇ ਮੈਡਮ ਕਹਿੰਦੀ ਮੈਨੂੰ ਹੁਣ ਸੂਟ ਲੈ ਦਿਓ ਇੱਕ, ਆਪਾਂ ਜਾਣਾ ਹੇਮਕੋਟ ਸਾਹਿਬ ਦੀ ਯਾਤਰਾ 'ਤੇ। ਅਤੇ ਮੈਂ ਕਿਹਾ ਜੀ ਚਲੋ ਜੀ, ਆਪਾਂ ਪਹੁੰਚ ਗਏ ਵੱਡੇ ਡਿਪੂ, ਪਰ ਸੂਟ ਕੋਈ ਪਸੰਦ ਨਹੀਂ ਆਇਆ, ਬਚ ਗਏ ਮਿੱਤਰੋ, ਨਹੀਂ ਤਾਂ 1000 ਰੁਪਏ ਨਿਸ਼ਾਂਗਾ ਲੱਗਣਾ ਸੀਗਾ। ਫਿਰ ਆਪਾਂ ਆ ਗਏ ਘਰ ਨੂੰ, ਮੈਂ ਕਿਹਾ ਬੜੀ ਮਿਹਰਬਾਨੀ ਰਾਜਾ ਸਾਹਿਬ ਤੁਹਾਡੀ, ਕਿਰਪਾ ਹੋ ਗਈ, ਨਹੀਂ ਤਾਂ ਘਰ ਵਾਲੀਆਂ ਦਾ ਜਲੂਸ ਕੱਢ ਦਿੰਦੀਆਂ ਬੰਦੇ ਦਾ। ਅਤੇ ਆਪਾਂ ਫਿਰ ਪਿੰਡ ਨੂੰ ਆਉਣਿਆਂ ਨੇ ਬਣਾਈ ਵੀਡੀਓ, ਪਰ ਸੀਗੀ ਥੋੜ੍ਹੀ ਜਿਹੀ ਖਾਸੇ ਜੀ, ਮੈਂ ਤਾਂ ਕਿਹਾ ਤਪ ਗਈ ਹੋਣੀ ਹੈ ਕਿ ਸੂਟ ਨਹੀਂ ਲੈ ਕੇ ਦਿੱਤਾ। ਅਤੇ ਘਰ ਮੰਮੀ ਨੇ ਬਣਾਈਆਂ ਸੇਵੀਆਂ, ਕਿਉਂਕਿ ਅੱਜ ਗੁੱਗਾ ਨੌਮੀ ਆ, ਕੱਲ੍ਹ ਨੂੰ
ਤੇ ਉਹਦੇ ਸਾਡੇ ਉੱਥੇ ਸੇਵੀਆਂ ਚਾੜਨੀਆਂ ਵਾ, ਅਤੇ ਫਿਰ ਆਪਾਂ ਗੁੱਗਾ ਨੌਮੀ ਵਾਲਿਆਂ ਦੇ ਘਰ ਛਕਣਗੇ ਲੰਗਰ। ਆਪਾਂ ਜਿੱਦਣ ਫਿਰ ਲੰਗਰ ਹੁੰਦਾ, ਘਰ ਰੋਟੀ ਨਹੀਂ ਬਣਾਈ ਦੀ, ਇਹ ਸਾਰਿਆਂ ਨੂੰ ਪਤਾ ਵਾ, ਕਿਉਂਕਿ ਅਸੀਂ ਸਾਰੀ ਲੰਗਰ ਖਾ ਕੇ ਬਹੁਤ ਖੁਸ਼ ਹਾਂ। ਗੁਰੂ ਘਰ ਦਾ ਅੰਨ ਮੱਤ ਮਾਰ ਲੈਂਦਾ ਕਹਿੰਦੇ, ਪਰ ਸਾਡੀ ਨਹੀਂ ਮਾਰਦਾ, ਵਧੀਆ ਗੱਲ ਆ। ਇਹ ਲੰਗਰ ਭਾਗ ਵਾਲੇ ਨੂੰ ਨਸੀਬ ਹੁੰਦਾ, ਅਤੇ ਫਿਰ ਆਪਾਂ ਲੰਗਰ ਛਕ ਕੇ ਅਤੇ ਆਪਾਂ ਆ ਕੇ ਘਰ ਆਪਾਂ ਲੱਗੀ ਸੌਣ। ਤੁਸੀਂ ਸਾਰੇ ਉੱਠੋ ਅਤੇ ਪ੍ਰਭਾਤ ਫੇਰੀ ਜ਼ਰੂਰ ਪਹੁੰਚੋ। ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ।